ਹੈਲੋ एवरीवन ਅੱਜ ਆਪਾਂ ਕਰਾਂਗੇ ਪਾਠ 1 ਸਾਡਾ ਦੇਸ਼ ਦੇ ਪ੍ਰਸ਼ਨ ਉੱਤਰ ਮੌਖਿਕ ਪ੍ਰਸ਼ਨ ਸਾਡਾ ਦੇਸ਼ ਦੁਨੀਆ ਪਰ ਵਿੱਚ ਕੀ ਹੋ ਜਿਆ ਹੈ ਸਾਡਾ ਦੇਸ਼ ਦੁਨੀਆ ਪਰ ਵਿੱਚ ਨਿਆਰਾ ਹੈ ਸਾਡੇ ਦੇਸ਼ ਵਿੱਚ ਵਗਦੀ ਕਿਸੇ ਇੱਕ ਨਦੀ ਦਾ ਨਾਮ ਦੱਸੋ ਗੰਗਾ ਜਮੁਨਾ ਸਾਡੇ ਦੇਸ਼ ਵਿੱਚ ਪਹਾੜ ਕਿਸ ਚੀਜ਼ ਨਾਲ ਟਕੇ ਹੋਏ ਸਨ ਸਾਡੇ ਦੇਸ਼ ਵਿੱਚ ਪਹਾੜ ਬਰਫ਼ਾ ਨਾਲ ਟਕੇ ਹੋਏ ਸਨ ਨੰਬਰ 3 ਠੀਕ ਉੱਤਰ ਅਗੇ ਸਹੀ ਦਾ ਨਿਸ਼ਾਨ ਲਾਓ ਸਾਡੇ ਦੇਸ਼ ਦੇ ਖੇਤ ਕੀ ਹੋ ਜੀਏ ਹਨ ਹਰੇ ਭਰੇ ਨੰਬਰ 2 ਹਿਮਾਲਿਆ ਦੇ ਸ਼ਿਖਰ ਕਿਸ ਚੀਜ਼ ਨਾਲ ਲਦੇ ਹੋਏ ਸਨ ਬਰਫਾਂ ਮੇਵੇ ਸ਼ਬਦ ਤੋਂ ਕੀ ਪਾਵੇ ਸੁੱਕੇ ਫਲ ਕਜੇ ਸ਼ਬਦ ਤੋਂ ਕੀ ਪਾਵੇ ਖੁਲੇ ਠੀਕ ਸ਼ਬਦ ਚੁਣ ਕੇ ਖਾਲੀ ਤਾਵਾ ਭਰੋ ਦੇਸ਼ ਹੈ ਸਾਡਾ ਡੈਸ਼ ਦੇਸ਼ ਹੈ ਸਾਡਾ ਹਿੰਦੁਸਤਾਨ ਸਾਡਾ ਦੇਸ਼ ਹੈ जग ਤੋਂ ਡੈਸ਼ ਸਾਡਾ ਦੇਸ਼ ਹੈ जग ਤੋਂ ਨਿਆਰਾ ਇਹਦੇ ਹਰੇ ਭਰੇ ਨੇ ਡੈਸ਼ ਇਹਦੇ ਹਰੇ ਭਰੇ ਨੇ ਖੇਤ ਲੋੜ ਪਵੇ ਤਾਂ ਡੈਸ਼ ਕਮਾਈਏ ਲੋੜ ਪਵੇ ਤਾਂ ਜਾਨ ਕਮਾਈਏ ਸਤਰਾ ਪੂਰੀਆਂ ਕਰੋ ਦੇਸ਼ ਹੈ ਸਾਡਾ ਹਿੰਦੁਸਤਾਨ ਕੁਲ ਦੁਨੀਆ ਦੀ ਇਹ ਹੈ ਸ਼ਾਨ ਗੋਦੀ ਇਹ ਦੀ ਮੀਠੇ ਮੇਵੇ ਮੀਠੇ ਮੇਵੇ ਸਭ ਨੂੰ ਦੇਵੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਊੜਾ ਸਾਡੇ ਦੇਸ਼ ਦਾ ਕੀ ਨਾਂ ਹੈ ਸਾਡੇ ਦੇਸ਼ ਦਾ ਨਾਂ ਹਿੰਦੁਸਤਾਨ ਭਾਰਤ ਹੈ ਸੋਨਾ ਕੌਣ ਉਗਲਦੀ ਹੈ ਸਾਡੇ ਦੇਸ਼ ਦੀ ਮਿੱਟੀ ਸੋਨਾ ਉਗਲਦੀ ਆ ਸਾਡੇ ਦੇਸ਼ ਦੇ ਉੱਤਰ ਵੱਲ ਕਿਹੜਾ ਪਰਬਤ ਹੈ ਸਾਡੇ ਦੇਸ਼ ਦੇ ਉੱਤਰ ਵੱਲ ਹਿਮਾਲਾ ਪਰਬਤ ਹੈ ਹੁਣ ਆਪਾਂ ਕਰਾਂਗੇ ਦਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ ਨੰਬਰ 1 ਦੁਨੀਆ ਸੰਸਾਰ ਨੰਬਰ 2 ਸ਼ਾਨ ਸ਼ੋਭਾ ਕਜੇ ਟਕੇ ਹੋਏ ਨੰਬਰ 4 ਨਿਰਮਲ ਸੁਧ ਨੰਬਰ 5 ਮੇਵੇ ਫਲ ਸੁੱਕੇ ਫਲ ਬੰਨੇ ਪਾਸੇ ਬੱਚਿਓ ਇਹ ਸਾਡਾ ਕੌਮੀ ਝੰਡਾ ਹੈ ਤੁਸੀਂ ਇਸ ਤਰ੍ਹਾਂ ਇਹਦੇ ਵਿੱਚ ਰੰਗ ਭਰ ਸਕਦੇ ਹੋ ਤੇ ਇਸ ਵੀਡੀਓ ਦੀ ਰੀਡਿੰਗ ਲਈ ਤੁਸੀਂ ਸਾਡਾ ਦੂਸਰਾ ਵੀਡੀਓ ਇਸੇ ਚੈਨਲ ਵਿੱਚ ਦੇਖ ਸਕਦੇ ਹੋ ਥੈਂਕ ਯੂ ਵੈਰੀ ਮੱਚ एवरीवन ਬਾਏ ਬਾਏ